RCMP ਨੇ ਰਿਪੂਦਮਨ ਸਿੰਘ ਮਲਿਕ ਦੇ ਪੁੱਤਰ ਹਰਦੀਪ ਮਲਿਕ ਨੂੰ ਜਾਨ ਦੇ ਖਤਰੇ ਬਾਰੇ ਦਿੱਤੀ ਚੇਤਾਵਨੀ। ਮੋਦੀ ਦੀ ਪੰਜਾਬ ਫੇਰੀ ਦੌਰਾਨ ਕਿਸਾਨਾਂ ਨੇ ਕੀਤਾ ਸ਼ਾਂਤਮਈ ਵਿਰੋਧ ਪ੍ਰਦਰਸ਼ਨ। ਆਪ ਵਿਧਾਇਕ ਵੱਲੋਂ ਅਰਦਾਸ ਦੇ ਸ਼ਬਦਾਂ ਦੀ ਦੁਰਵਰਤੋਂ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਲਿਆ ਨੋਟਿਸ। ਰੋਇਲ ਕੈਨੇਡੀਅਨ ਮਾਊਂਟ ਪੁਲਿਸ ਨੇ 1985 ਦੇ ਏਅਰ ਇੰਡੀਆ ਬੰਬ ਧਮਾਕੇ ਦੇ ਮਾਮਲੇ ਵਿੱਚ ਬਰੀ ਕੀਤੇ ਰਿਪੂਦਮਨ ਸਿੰਘ ਮਲਿਕ ਦੇ ਪੁੱਤਰ ਹਰਦੀਪ ਮਲਿਕ ਨੂੰ ਉਹਨਾਂ ਦੀ ਜਾਨ ਦੇ ਖਤਰੇ ਬਾਰੇ ਚੇਤਾਵਨੀ ਜਾਰੀ ਕੀਤੀ ਹੈ। ਦੱਸ ਦਈਏ ਕਿ ਹਰਦੀਪ ਸਿੰਘ ਕੈਨੇਡਾ ਦੇ ਸਰੀ ਵਿੱਚ ਕਾਰੋਬਾਰੀ ਹਨ। ਸਾਲ 2022 ਵਿੱਚ ਰਿਪੂਦਮਨ ਸਿੰਘ ਮਲਿਕ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਲਈ ਦੋ ਵਿਅਕਤੀਆਂ 'ਤੇ ਦੋਸ਼ ਵੀ ਲਗਾਏ ਗਏ ਹਨ। ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ 'ਤੇ ਸਨ। ਇਸ ਦੌਰਾਨ PM ਨੂੰ ਸਵਾਲ ਕਰਨ ਲਈ ਜਾ ਰਹੇ ਕਿਸਾਨਾਂ ਮਜ਼ਦੂਰਾਂ ਨੂੰ ਰੋਕਿਆ ਗਿਆ। ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ, ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਵੱਲੋਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਹ PM ਦੇ ਕਿਸੇ ਨੇੜਲੇ ਆਗੂ ਨਾਲ ਉਹਨਾਂ ਦੀ ਮੁਲਾਕਾਤ ਕਰਵਾਉਣਗੇ, ਪਰ ਇਸ ਲਈ ਉਹਨਾਂ ਕਿਸਾਨਾਂ ਤੋਂ ਸਮਾਂ ਮੰਗਿਆ ਗਿਆ। ਕਿਸਾਨ ਰਾਹ ਵਿੱਚ ਖੜ੍ਹੇ ਲਗਭਗ 4 ਘੰਟੇ ਤੱਕ ਇੰਤਜ਼ਾਰ ਕਰਦੇ ਰਹੇ, ਪਰ ਪ੍ਰਸ਼ਾਸਨ ਵੱਲੋਂ ਕੋਈ ਜਵਾਬ ਨਾ ਆਇਆ। ਇਸ ਤੋਂ ਬਾਅਦ ਕਿਸਾਨਾਂ ਵੱਲੋਂ ਸੜਕ 'ਤੇ ਹੀ ਰੈਲੀ ਸ਼ੁਰੂ ਕਰ ਦਿੱਤੀ ਗਈ। ਇਸ ਮੌਕੇ ਪ੍ਰਸ਼ਾਸਨ ਨਾਲ ਚੱਲੀ ਗੱਲਬਾਤ ਬਾਰੇ ਧਰਨਾਕਾਰੀ ਕਿਸਾਨਾਂ ਨੂੰ ਜਾਣਕਾਰੀ ਦਿੰਦੇ ਹੋਏ ਸਰਵਣ ਸਿੰਘ ਭੰਦੇਰ ਨੇ ਕਿਹਾ ਕਿ ਮੋਦੀ ਕਿਸਾਨਾਂ ਦੇ ਸਵਾਲਾਂ ਤੋਂ ਭੱਜ ਰਿਹਾ ਹੈ, ਪਰ ਕਿਸਾਨ ਹਾਰ ਨਹੀਂ ਮੰਨਣਗੇ ਅਤੇ ਕਿਸਾਨਾਂ ਦੇ ਹੱਕ ਅਸੀਂ ਲੈ ਕੇ ਰਹਾਂਗੇ। ਕੜਾਕੇ ਦੀ ਗਰਮੀ ਸਹਿਣੀ ਪਊਗੀ, ਟਰਾਲੀਆਂ ਨੂੰ ਘਰ ਬਣਾਉਣੇ ਪੈਣਗੇ, ਬਾਥਰੂਮ ਕਰਨ ਦੀ ਸਮੱਸਿਆ ਆਊਗੀ, ਨਹਾਉਣ ਧੋਣ ਦੀ ਸਮੱਸਿਆ ਆਊਗੀ, ਕਦੇ ਚੰਗਾ ਮਿਲਜੂ ਕਦੇ ਖਾਣ ਨੂੰ ਮਾੜਾ ਮਿਲਜੂ, ਸੜਕਾਂ ਤੇ ਸੌਣਾ ਪਊਗਾ। ਜੇ ਆਹ ਕੁਰਬਾਨੀਆਂ ਦੇ ਦਿਓ ਤੁਹਾਨੂੰ ਮੋਰਚਾ ਜਿੱਤਣ ਤੋਂ ਕੋਈ ਰੋਕ ਨਹੀਂ ਸਕਦਾ। ਔਰ ਜੇ ਮਾਨਸਿਕਤਾ ਬਣ ਜਾਵੇ ਵੀ ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ, ਇਹੋ ਜਿਹੀ ਦ੍ਰਿੜਤਾ ਬਣਾ ਲਿਓ ਵੀ ਅਸੀਂ ਤਾਂ ਮੌਤ ਨੂੰ ਮਖੌਲਾ ਕਰਨ ਵਾਲੇ ਹਾਂ, ਅਸੀਂ ਤੁਹਾਡਿਆਂ ਧਾੜਵੀਆਂ ਤੋਂ ਡਰਦੇ ਨਹੀਂ ਹੈ, ਨਾ ਡਰਨ ਵਾਲੀ ਕੋਈ ਇਹੋ ਜਿਹੀ ਗੱਲ ਹੈਗੀ ਆ। ਇਹ ਦੇਸ਼ ਸਾਡੇ ਨਾਲ ਬਣਿਆ ਹੋਇਆ, ਆਹ ਟੋਲ ਪਲਾਜੀ ਸਾਡੇ ਜ਼ਮੀਨਾਂ ਤੇ ਹੈਗਾ, ਇੱਧਰ ਜਿਹੜੇ ADGP ਸਾਹਿਬ ਆਏ ਸੀ ਉਹਦੀ ਵਰਦੀ ਸਾਡੀ ਵਰਦੀ ਹੈਗੀ ਆ, ਉਹਦੀ ਤਨਖਾਹ ਸਾਡੇ ਟੈਕਸਾਂ ਤੋਂ ਜਾਂਦੀ ਹੈਗੀ ਆ। ਇਹ ਮੁਲਕ ਸਾਡੇ ਲਈ ਆ, ਇਹ ਮੁਲਕ ਦੇ ਹਾਕਮ ਸਾਨੂੰ ਜਵਾਬ ਦੇ ਹੈਗੇ ਆ, ਸਾਡੇ ਨੌਕਰ ਹੈਗੇ ਆ, ਸਾਡੇ ਨਾਲ ਇਹ ਮੁਲਕ ਚੱਲਦਾ ਹੈਗਾ। ਜਿਹੜੇ ਮਾਲਕ ਸੀਗੇ ਉਹਨਾਂ ਨੂੰ ਕਾਰਪੋਰੇਟਾਂ ਦਾ ਗੁਲਾਮ ਬਣਾਇਆ ਜਾ ਰਿਹਾ, ਔਰ ਜਿਹੜੇ ਸਾਡੇ ਗੁਲਾਮ ਸੀ ਉਹ ਰਜਵਾੜੇ ਬਣ ਰਹੇ ਹੈਗੇ ਆ। ਇਹ ਲੜਾਈ ਲੜਨੀ ਪੈਣੀ ਆ, ਤੁਸੀਂ ਲੜਾਈ ਨੂੰ ਅੱਜ ਲੜ ਲਓ ਚਾਹੇ ਕੱਲ ਲੜ ਲਓ, ਕਿਤੇ ਨਾ ਕਿਤੇ ਦੇ ਸਾਲਾਂ ਬੱਦੀ ਸਾਨੂੰ ਇਹਨਾਂ ਨਾਲ ਟੱਕਰ ਲੈਣੀ ਪੈਣੀ ਆ। ਹੁਣ ਤਾਂ ਭਰਾਓ ਸਬੱਬ ਬਣ ਗਿਆ, ਕਰੋੜਾਂ ਰੁਪਏ ਅਸੀਂ ਖਰਚੇ ਕਰ ਲਏ, ਅਸੀਂ ਲਕੀਰ ਖਿੱਚ ਕੇ ਲੈ ਗਏ, ਅਸੀਂ 450 ਮੁੰਡਾ ਜ਼ਖਮੀ ਕਰਵਾ ਲਿਆ, ਸ਼ਹੀਦ ਸੁਭ ਕਰਨ ਆਪਣੇ ਹੱਥੋਂ ਗਵਾ ਲਿਆ, ਹੁਣ ਪਿੱਛੇ ਨਹੀਂ ਮੁੜਨਾ ਹੈਗਾ, ਹੁਣ ਅੱਗੇ ਨੂੰ ਜਾਣਾ ਹੈ। ਉਹਨਾਂ ਨੇ ਜਿੰਨਾ ਜਬਰ ਕਰਨਾ ਸੀ ਕਰ ਲਿਆ ਹੈ, ਅਸੀਂ ਕਹਿੰਦੇ ਹੁਣ ਜਬਰ ਕਰਨ ਦਾ ਕੋਈ ਨਵਾਂ ਤਰੀਕਾ ਲੈ ਕੇ ਆਓ, ਛਲ ਕਰਨ ਦਾ ਕੋਈ ਨਵਾਂ ਢੰਗ ਲੈ ਕੇ ਆਓ, ਅਸੀਂ ਉਹਨਾਂ ਢੰਗਾਂ ਦਾ ਵੀ ਆਪਣੇ ਸਬਰ ਨਾਲ ਜਵਾਬ ਦਾਂਗੇ। ਤੁਹਾਡੀਆਂ ਡਾਂਗਾਂ ਘੱਟ ਪੈ ਜਾਣੀਆਂ, ਸਾਡੇ ਪਿੰਡੇ ਨਹੀਂ ਘੱਟ ਗਾਣੇ ਹੈਗੇ, ਤੁਹਾਡੀਆਂ ਗੋਲੀਆਂ ਮੁੱਕਣਗੀਆਂ, ਸਾਡੀਆਂ ਛਾਤੀਆਂ ਨਹੀਂ ਮੁੱਕਣੀਆਂ ਹੈਗੀਆਂ, ਤੁਸੀਂ ਫੈਸਲਾ ਕਰ ਲਓ
ਤੁਸੀਂ ਕਿਸਾਨਾਂ ਨਾਲ ਬਹਿ ਕੇ ਨਿਬੜਨਾ ਕਿ ਨਹੀਂ ਨਿਬੜਨਾ, ਜਾਂ ਟਕਰਾਉਣਾ ਹੈਗਾ ਇਹ ਦਿੱਲੀ ਦੇ ਹੱਥ ਵਿਚ ਹੈਗਾ। 4 ਨੂੰ ਸਾਫ਼ ਹੋ ਜੂਗਾ ਮੋਦੀ ਆਉਂਦਾ ਕਿ ਕੋਈ ਹੋਰ ਆਉਂਦਾ, ਜਿਹੜਾ ਮਰਜ਼ੀ ਆ ਜਾਵੇ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਤੇ ਅਰਦਾਸ ਦੇ ਸ਼ਬਦਾਂ ਨੂੰ ਤੋੜ ਮਰੋੜ ਕੇ ਸਿਆਸੀ ਅਕਾਵਾਂ ਦੀ ਖੁਸ਼ਾਮਦ ਵਿਚ ਵਰਤਣ ਦੇ ਲੱਗੇ ਦੋਸ਼ਾਂ ਦਾ ਸਖ਼ਤ ਨੋਟਿਸ ਲੈਂਦੇ ਇਸ ਦੀ ਨਿੰਦਾ ਕੀਤੀ ਹੈ। ਸ਼੍ਰੀ ਅਕਾਲ ਤਖ਼ਤ ਸਕੱਤਰੇਤ ਤੋਂ ਦੇਰ ਸ਼ਾਮ ਇਸ ਸੰਬੰਧ ਵਿਚ ਜਾਰੀ ਕੀਤੇ ਗਏ ਬਿਆਨ ਵਿਚ ਜਥੇਦਾਰ ਨੇ ਆਖਿਆ ਕਿ ਪਾਵਨ ਅਰਦਾਸ ਦਾ ਇਕ ਇਕ ਸ਼ਬਦ ਸਿੱਖਾਂ ਲਈ ਪਵਿੱਤਰ ਦਰਜਾ ਰੱਖਦਾ ਹੈ। ਅਰਦਾਸ ਵਿਚ ਨਿਓਟਿਆਂ ਦੀ ਓਟ ਅਤੇ ਨਿਤਾਣਿਆਂ ਦੇ ਤਾਣ ਸ਼ਬਦ ਸਿਰਫ ਗੁਰੂ ਸਾਹਿਬਾਨ ਅਤੇ ਅਕਾਲ ਪੁਰਖ ਵਾਸਤੇ ਵਰਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇੱਕ ਵੀਡੀਓ ਕਲਿੱਪ ਉਨ੍ਹਾਂ ਨੂੰ ਮਿਲੀ ਹੈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਨਿਤਾਣਿਆਂ ਦੇ ਤਾਣ ਤੇ ਨਿਓਟਿਆਂ ਦੀ ਓਟ ਸ਼ਬਦ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਖੁਸ਼ਾਮਦ ਵਿੱਚ ਬੋਲਿਆ ਗਿਆ ਹੈ, ਜੋ ਕਿ ਇੱਕ ਬਜਰ ਗਲਤੀ ਹੈ। ਉਨ੍ਹਾਂ ਸਖ਼ਤ ਲਹਿਜ਼ੇ ਵਿੱਚ ਆਖਿਆ ਕਿ ਸਿਆਸੀ ਲੋਕ ਵਾਰ ਵਾਰ ਤਾੜਨਾ ਕਰਨ ਦੇ ਬਾਵਜੂਦ ਗੁਰਬਾਣੀ ਤੇ ਸਿੱਖ ਸ਼ਰਧਾ ਦੇ ਸ਼ਬਦਾਂ ਦੀ ਸਿਆਸੀ ਖੁਸ਼ਾਮਦਾਂ ਵਾਸਤੇ ਦੁਰਵਰਤੋਂ ਕਰਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਯਤਨ ਕਰਦੇ ਹਨ। ਉਨ੍ਹਾਂ ਕਿਹਾ ਕਿ ਸਿਆਸੀ ਆਗੂ ਵੱਲੋਂ ਅਰਦਾਸ ਦੇ ਸ਼ਬਦਾਂ ਦੀ ਬੇਅਦਬੀ ਕਰਨ ਦੀ ਵੀਡੀਓ ਦੇ ਮਾਮਲੇ ਦੀ ਉਹ ਪੜਤਾਲ ਕਰਵਾ ਰਹੇ ਹਨ ਅਤੇ ਦੋਸ਼ੀ ਪਾਏ ਜਾਣ ਤੇ ਸਿੱਖ ਪਰੰਪਰਾਵਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਅਜੀਤ ਗਰੁੱਪ ਦੇ ਸੰਪਾਦਕ ਸਰਦਾਰ ਬਰਜਿੰਦਰ ਸਿੰਘ ਹਮਦਰਦ ਉੱਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਦਾਰ ਬਰਜਿੰਦਰ ਸਿੰਘ ਹਮਦਰਦ ਤੇ ਭਗਵੰਤ ਮਾਨ ਵੱਲੋਂ ਕੀਤਾ ਗਿਆ ਬਦਲਾਖੋਰੀ ਦਾ ਮੁਕੱਦਮਾ ਪੰਜਾਬ ਵਿੱਚ ਆਜ਼ਾਦ ਮੀਡੀਆ ਉੱਪਰ ਵੱਡਾ ਹਮਲਾ ਹੈ। ਦੱਸ ਦਈਏ ਕਿ ਅਜੀਤ ਸਮਾਚਾਰ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਖਿਲਾਫ਼ NIA ਜਾਂਚ ਦੇ ਹੁਕਮ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਹਨ। ਜੋ ਕੱਲ ਸਰਦਾਰ ਬਰਜਿੰਦਰ ਸਿੰਘ ਹਮਦਰਦ, ਜੋ ਕਿ ਸੰਪਾਦਕ ਨੇ ਅਜੀਤ ਗਰੁੱਪ ਆਫ ਨਿਊਜ਼ ਪੇਪਰ, ਜਿਹੜਾ ਕਿ ਪੰਜਾਬੀਆਂ ਦੀ ਆਵਾਜ਼ ਦੁਨੀਆਂ ਭਰ ਚ ਉਹ ਲੋਕਾਂ ਦੇ ਤੱਕ ਪਹੁੰਚਦੀ ਕਰਦੇ ਨੇ, ਉਹਨਾਂ ਤੇ ਇੱਕ ਮਨ ਘੜਤ ਝੂਠਾ ਬੇਬੁਨਿਆਦ ਬਦਲਾਖੋਰੀ ਦਾ ਵਿੰਡਿਕਟਿਵ ਇੱਕ ਕ੍ਰਿਮੀਨਲ ਕੇਸ ਉਹਨਾਂ ਤੇ ਕਰ ਦਿੱਤਾ ਹੈ। 13 ਅਫਸਰਾਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਚ ਕੁਛ ਰਿਟਾਇਰਡ ਚੀਫ ਇੰਜੀਨੀਅਰ ਲੈਵਲ ਦੇ ਹਨ। ਅਸਲ ਚ ਮੁਕੱਦਮਾ ਤਾਂ ਹੈਗਾ ਕਿਉਂਕਿ ਅਜੀਤ ਅਖਬਾਰ ਨੂੰ ਭਗਵੰਤ ਮਾਨ KG ਮੀਡੀਆ ਬਣਾਉਣਾ ਚਾਹੁੰਦਾ ਹੈ, ਉਹਨੂੰ ਕੰਟਰੋਲ ਕਰਨਾ ਚਾਹੁੰਦਾ ਕਿ ਅਖਬਾਰ ਤੁਹਾਡੀ ਹੋਵੇਗੀ ਲੇਕਿਨ ਇਹਦਾ ਕੰਟੈਂਟ ਲਿਖਾਂਗੇ ਅਸੀਂ ਚੰਡੀਗੜ੍ਹੋਂ ਤੇ ਤੁਸੀਂ ਸਿਰਫ ਉਹਨੂੰ ਛਾਪਣਾ ਵਾ, ਕਿਉਂਕਿ ਇਸਨੇ ਬਾਕੀ ਸਾਰਾ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਪੈਸੇ ਰਾਹੀਂ ਅਤੇ ਸਰਕਾਰ ਦੇ ਦਬਾਅ ਰਾਹੀਂ ਲਗਭਗ ਸਾਰਾ ਚੱਕਿਆ ਹੋਇਆ, ਕਿਉਂਕਿ ਸਰਦਾਰ ਬਰਜਿੰਦਰ ਸਿੰਘ ਪੁਰਾਣੇ ਇੱਕ ਅੱਛੇ ਜਰਨਲਿਸਟ ਇੰਡੀਪੈਂਡੈਂਟ ਨਿਊਜ਼ ਪੇਪਰ ਆ, ਉਹਨਾਂ ਨੇ ਅੱਗੇ ਗੋਡੇ ਨਹੀਂ ਟੇਕੇ ਤੇ ਇਹਨਾਂ ਨੇ ਬਹਾਨਾ ਲੱਭਿਆ ਪਹਿਲਾਂ ਇੱਕ ਜੰਗੇ ਆਜ਼ਾਦੀ ਕਰਤਾਰਪੁਰ ਪੁਰਾਣਾ ਬਣਿਆ ਹੋਇਆ ਇੱਕ ਵਾਰ ਮੈਮੋਰੀਅਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਟਾਈਮ ਦਾ, ਇਹ ਸਿਰਫ ਉਹਦੇ ਆਨਰਰੀ ਚੇਅਰਮੈਨ ਸੀ ਉਸ ਟਰੱਸਟ ਦੇ, ਇੱਕ ਇੱਜ਼ਤਮਾਨ ਦਿੱਤੀ, ਇਹਨਾਂ ਦੀ ਦੇਖ ਰੇਖ ਵਿੱਚ ਉਹ ਕੰਮ ਹੋਇਆ। ਇਸ ਕਰਕੇ ਇੱਕ ਏਡੇ ਪੁਰਾਣੇ ਪ੍ਰੋਜੈਕਟ ਦੀ ਜਾਂਚ ਕਰਵਾ ਕੇ ਭਗਵੰਤ ਮਾਨ ਨੇ ਉਹਨਾਂ ਤੇ ਇਲਜ਼ਾਮਬਾਜ਼ੀ ਸ਼ੁਰੂ ਕਰਤੀ ਕਿ ਪੈਸੇ ਖਾ ਗਏ ਨੇ। ਅਸੀਂ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਸਵਰਗਵਾਸੀ ਔਰ ਵੱਡੇ ਹਮਦਰਦ ਸਾਹਿਬ ਉਹਨਾਂ ਨੂੰ ਬਹੁਤ ਪੁਰਾਣੇ ਜਾਣਦੇ ਹਾਂ, ਇਹ ਬਹੁਤ ਇਨਸਾਫ ਪਸੰਦ ਇਨ ਦਾ ਸੈਂਸ ਓਨੈਸਟ ਇਮਾਨਦਾਰੀ ਨਾਲ ਉਹਨਾਂ ਨੇ ਲੋਕਾਂ ਦੀ ਇਸ ਜਰਨਲਿਜ਼ਮ ਵਿੱਚ ਕਲਮ ਨਾਲ ਸੇਵਾ ਕੀਤੀ। ਹੁਣ ਭਗਵੰਤ ਮਾਨ ਨੂੰ ਕਲਮ ਵੀ ਚੁੱਭਦੀ ਹੈ, ਸਾਡੇ ਨੌਜਵਾਨਾਂ ਨੂੰ ਫੜ ਕੇ NSA ਲਾ ਕੇ ਆਸਾਮ ਤਾਂ ਭੇਜਤਾ ਕਿਉਂਕਿ ਉਹ ਪ੍ਰਚਾਰ ਕਰਦੇ ਸੀ, ਇਹ ਹੁਣ ਇਹਨਾਂ ਨੂੰ ਜਿਹੜੀ ਕਲਮ ਉਹ ਵੀ ਚੁੱਭਦੀ ਆ ਤੇ ਉਹਦੇ ਤੇ ਐਡਾ
ਘਟੀਆ ਔਰ ਏਡਾ ਝੂਠਾ ਪਰਚਾ ਦਰਜ ਕਰਕੇ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ। ਹਾਲੇ ਵੀ ਉਹ ਮਤਲਬ ਕਹਿਣ ਦਾ ਕਿ ਅਜੀਤ ਅਖ਼ਬਾਰ ਨੂੰ ਦਬਾਉਣਾ ਚਾਹੁੰਦੇ ਨੇ। ਪਹਿਲਾਂ ਉਹਨਾਂ ਨੇ ਪ੍ਰੈਸ਼ਰਾਈਜ਼ ਕੀਤਾ, ਇਹਨਾਂ ਦੇ ਇਸ਼ਤਿਹਾਰਬਾਜ਼ੀ ਬੰਦ ਕਰਤੀ। ਤੁਸੀਂ ਦੇਖੋਗੇ ਕਿ ਸਾਰੇ ਇਸਟੈਬਲਿਸ਼ਡ ਪ੍ਰਿੰਟ ਮੀਡੀਆ ਨੂੰ ਕਾਫੀ ਵੱਡੀ ਐਡਵਰਟਾਈਜ਼ਮੈਂਟ ਪੰਜਾਬ ਸਰਕਾਰ ਦਿੰਦੀ, ਪਹਿਲਾਂ ਵੀ ਦਿੰਦੀ ਸੀ। ਇਹਨਾਂ ਨੇ ਤਾਂ ਖੈਰ ਉਹ ਕੀ ਕਹਿੰਦੇ ਹੁੰਦੇ ਫਲੱਡ ਗੇਟ ਸੀ ਖੋਲਤੇ, ਲੇਕਿਨ ਅਜੀਤ ਦੀ ਉਹ ਕੰਪਲੀਟ ਸਰਕਾਰੀ ਐਡਵਰਟਾਈਜ਼ਮੈਂਟ ਜਿਹੜੀ ਉਹ ਬੰਦ ਕਰ ਦਿੱਤੀ। ਪਹਿਲਾਂ ਜਦੋਂ ਇੱਦਾਂ ਦਬਾਉਣ ਦੀ ਕੋਸ਼ਿਸ਼ ਕੀਤੀ, ਜਦੋਂ ਨਹੀਂ ਦਬੇ ਤੇ ਹੁਣ ਉਹਨਾਂ ਤੇ ਇੱਕ ਵਿਜੀਲੈਂਸ ਦਾ ਪਰਚਾ, ਜਿੱਦਾਂ ਵਿਜੀਲੈਂਸ ਦਾ ਬਾਕੀਆਂ ਤੇ ਪਰਚੇ ਕਾਂਗਰਸ ਦੇ ਲੀਡਰਸ ਨੇ ਕੀਤੇ, ਜਿੱਦਾਂ ਮੇਰੇ ਤੇ ਪੰਜਾਬ ਪੁਲਿਸ ਦਾ ਝੂਠਾ ਪਰਚਾ ਦਰਜ ਕਰਕੇ ਮੈਨੂੰ 4 ਮਹੀਨੇ ਜੇਲ੍ਹ ਚ ਰੱਖਿਆ, ਔਰ ਉਸ ਤੋਂ ਬਾਅਦ ਪਰਮਿੰਦਰ ਸਿੰਘ ਝੋਟੇ ਤੇ ਦਰਜ ਕੀਤਾ, ਭਾਨੇ ਸਿੱਧੂ ਤੇ ਕੀਤਾ, ਦਰਜਨਾ ਕਾਂਗਰਸ ਲੀਡਰਸ ਤੇ ਆਪਣੇ ਜਿਹੜੇ ਕਟਾਰੂ ਚੱਕ ਵਰਗੇ ਨੇ ਜਿਨ੍ਹਾਂ ਨੇ ਬਦਫੈਲੀਆਂ ਕੀਤੀਆਂ ਉਹਨਾਂ ਨੂੰ ਕੈਬਨਿਟ ਚ ਬਰਕਰਾਰ ਰੱਖਿਆ ਹੋਇਆ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ਹਿਰ ਵਿੱਚ ਰੋਡ ਸ਼ੋਅ ਕਰਨ ਦੌਰਾਨ ਪੁਰਾਣੀ ਪੈਨਸ਼ਨ ਸਕੀਮ ਦੇ ਮੁੱਦੇ ਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਦੋਸ਼ ਲਾਇਆ ਕਿ ਮੋਦੀ ਹਕੂਮਤ ਨੇ ਪੰਜਾਬ ਦੇ OPS ਫੰਡਾਂ ਵਿੱਚੋਂ 20,000 ਕਰੋੜ ਰੁਪਏ ਰੋਕ ਲਏ ਹਨ ਅਤੇ ਵਿਜੇ ਮਾਲੀਆ ਉਸ ਬੈਂਕ ਤੋਂ ਕਰਜ਼ਾ ਲੈ ਕੇ ਵਿਦੇਸ਼ ਭੱਜ ਗਿਆ ਸੀ ਜਿਸ ਵਿੱਚ ਪੈਸੇ ਰੱਖੇ ਹੋਏ ਸਨ। ਉਹਨਾਂ ਕਿਹਾ ਕਿ 4 ਜੂਨ ਨੂੰ ਕੇਂਦਰ ਵਿੱਚ ਇੰਡੀਆ ਗੱਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਇਸ ਮਗਰੋਂ ਉਹ ਪੈਸਾ ਵਾਪਸ ਲਿਆ ਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇਗੀ। ਉਹ ਅੱਜ ਇੱਥੇ ਬਠਿੰਡਾ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਲਈ ਚੋਣ ਪ੍ਰਚਾਰ ਕਰ ਰਹੇ ਸਨ। ਉਹਨਾਂ ਆਪਣੀ ਤਕਰੀਰ ਦੌਰਾਨ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਪੰਜਾਬ ਦੇ 43,000 ਨੌਜਵਾਨਾਂ ਨੂੰ ਬਿਨਾਂ ਕਿਸੇ ਭੇਦਭਾਵ ਅਤੇ ਰਿਸ਼ਵਤ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਹੁਣ ਪਿੰਡਾਂ ਦੇ ਲੋਕ ਇੱਕ ਦੂਜੇ ਦੇ ਪਿੰਡਾਂ ਵਿੱਚ ਨੌਕਰੀਆਂ ਦੀ ਗਿਣਤੀ ਦੀ ਤੁਲਨਾ ਕਰਨ ਲੱਗ ਪਏ ਹਨ ਅਤੇ ਕਹਿੰਦੇ ਹਨ ਕਿ 2 ਸਾਲਾਂ ਵਿੱਚ ਉਹ ਕਰ ਦਿੱਤਾ ਜੋ 70 ਸਾਲਾਂ ਵਿੱਚ ਨਹੀਂ ਹੋਇਆ। ਉਹਨਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਕਰੰਡੀ ਵਿੱਚ ਹੀ 40 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਉਹ ਭ੍ਰਿਸ਼ਟਾਚਾਰ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਅਤੇ ਸਰਕਾਰ ਬਣਨ ਤੋਂ ਬਾਅਦ ਉਹਨਾਂ ਲੋਕਾਂ ਨੂੰ ਭ੍ਰਿਸ਼ਟਾਚਾਰ ਖਿਲਾਫ਼ ਸ਼ਿਕਾਇਤ ਕਰਨ ਲਈ ਇੱਕ ਨੰਬਰ ਜਾਰੀ ਕੀਤਾ। ਉਹਨਾਂ ਕਿਹਾ ਕਿ ਉਸ ਨੰਬਰ 'ਤੇ ਆਈਆਂ ਸ਼ਿਕਾਇਤਾਂ ਦੇ ਆਧਾਰ 'ਤੇ ਹੁਣ ਤੱਕ 850 ਤੋਂ ਵੱਧ ਭ੍ਰਿਸ਼ਟ ਮੁਲਾਜ਼ਮਾਂ ਵਿਰੁੱਧ ਕਾਰਵਾਈ ਕਰਕੇ ਜੇਲ੍ਹ ਭੇਜਿਆ ਗਿਆ ਹੈ। ਉਹਨਾਂ ਕਿਹਾ ਕਿ ਆਮ ਲੋਕਾਂ ਦੀ ਸਹੂਲਤ ਲਈ ਬਿਨਾਂ ਕਿਸੇ ਕੱਟ ਦੇ ਕਿਸਾਨਾਂ ਨੂੰ ਦਿਨ ਦੇ ਸਮੇਂ ਮੁਫ਼ਤ ਬਿਜਲੀ ਦਿੱਤੀ ਅਤੇ ਕਿਸਾਨਾਂ ਲਈ ਲੋੜੀਂਦੀ ਬਿਜਲੀ ਦਾ ਪ੍ਰਬੰਧ ਕੀਤਾ ਤਾਂ ਜੋ ਉਹਨਾਂ ਦਾ ਸਮਾਂ ਅਤੇ ਊਰਜਾ ਬਰਬਾਦ ਨਾ ਹੋਵੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ 'ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਮਗਰੋਂ ਸੂਬਾ ਦੀਵਾਲੀਆ ਹੋ ਚੁੱਕਾ ਹੈ ਕਿਉਂਕਿ ਹੁਣ ਹਰੇਕ ਘਰ ਵਿੱਚ ਨਸ਼ੇ ਵਿਕ ਰਹੇ ਹਨ। ਸਾਬਕਾ ਉਪ ਮੁੱਖ ਮੰਤਰੀ ਅਬੋਹਰ ਦੇ ਹਕੀਕਤ ਰਾਏ ਚੌਂਕ ਵਿੱਚ ਅਕਾਲੀ ਦਲ ਦੇ ਫਿਰੋਜ਼ਪੁਰ ਤੋਂ ਉਮੀਦਵਾਰ ਨਰਦੇਵ ਸਿੰਘ ਬੋਬੀ ਮਾਨ ਦੇ ਚੋਣ ਪ੍ਰਚਾਰ ਲਈ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ। ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਆਪ ਦੇ ਵਿਧਾਇਕ ਖੁਦ ਨਸ਼ਾ ਤਸਕਰਾਂ ਤੋਂ ਪੈਸੇ ਲੈਂਦੇ ਹਨ ਅਤੇ ਉਹਨਾਂ ਨੇ ਪੁਲਿਸ ਅਧਿਕਾਰੀਆਂ ਨੂੰ ਨਸ਼ਾ ਤਸਕਰਾਂ ਖਿਲਾਫ਼ ਕੋਈ ਕਾਰਵਾਈ ਨਾ ਕਰਨ ਦੀ ਖੁਲਵੀ ਦਿੱਤੀ ਹੋਈ ਹੈ। ਉਹਨਾਂ ਕਿਹਾ ਕਿ ਗੁੰਡਾਗਰਦੀ ਇੰਨੀ ਵੱਧ ਗਈ ਹੈ ਕਿ ਖੁੱਲ੍ਹੇਆਮ ਲੁੱਟਾਂ ਖੋਹਾਂ ਚੋਰੀਆਂ ਅਤੇ ਕਤਲ ਹੋ ਰਹੇ ਹਨ। ਨਹਿਰੀ ਪਾਣੀ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਬਾਕੀ ਸਾਰੀਆਂ ਸਰਕਾਰਾਂ ਨੇ ਪੰਜਾਬ ਦਾ ਪਾਣੀ ਲੁੱਟ ਕੇ ਹਰਿਆਣਾ ਅਤੇ ਰਾਜਸਥਾਨ ਨੂੰ ਦਿੱਤਾ ਹੈ ਪਰ ਉਹਨਾਂ ਦੀ ਸਰਕਾਰ ਬਣਨ ਮਗਰੋਂ ਪਾਣੀ ਦੀ ਇੱਕ ਬੂੰਦ ਵੀ ਕਿਸੇ ਹੋਰ ਸੂਬੇ ਨੂੰ ਨਹੀਂ ਦਿੱਤੀ ਜਾਵੇਗੀ ਕਿਉਂਕਿ ਪੰਜਾਬ ਇਹਨਾਂ ਪਾਣੀਆਂ 'ਤੇ ਪੂਰਾ ਅਧਿਕਾਰ ਰੱਖਦਾ ਹੈ। ਆ ਜਿਹੜੇ ਦਿੱਲੀ ਵਾਲੇ ਜੇ ਝੂਠ ਬੋਲ ਲੈਂਦੇ ਆਪਾਂ ਉਹਨਾਂ ਦੀ ਗੱਲਾਂ 'ਚ ਆ ਜਾਂਦੇ ਹਾਂ। ਕੈਪਟਨ ਅਮਰਿੰਦਰ ਸਿੰਘ ਨੇ ਗੁੜਕਾ ਸਾਹਿਬ ਦੀ ਝੂਠੀ ਸੌਂ ਖਾ ਲਈ, ਆਪਾਂ ਸਾਰਿਆਂ ਨੇ ਉਹਦੀ ਗੱਲਾਂ 'ਚ ਆ ਗਏ, ਆਪਣੀ ਖੇਤਰੀ ਪਾਰਟੀ ਨੂੰ ਪਿੱਛੇ ਸਿੱਟਤਾ। ਉਹ 10 ਸਾਲ ਤੁਸੀਂ ਦੇਖੋ ਕਿੰਨੀ ਤਰੱਕੀ ਹੋ ਰਹੀ ਸੀ, ਇੱਥੇ ਥਰਮਲ ਪਲਾਂਟ ਬਣ ਗਏ ਸੀ, ਸੜਕਾਂ 6-6 ਲੇਨ ਦੀਆਂ ਅਮਰੀਕਾ ਕੈਨੇਡਾ ਵਾਂਗੂ ਬਣਾ ਦਿੱਤੀਆਂ ਸੀ, ਏਅਰਪੋਰਟ ਬਣਾ ਦੇ ਸੀ, ਸ਼ਹਿਰਾਂ 'ਤੇ ਡਿਵੈਲਪਮੈਂਟ ਕਰ ਰਹੇ ਸੀ, ਪਿੰਡਾਂ ਵਿੱਚ ਕਰ ਰਹੇ ਸੀ, ਗ੍ਰਾਂਟਾਂ ਆਉਂਦੀਆਂ ਸੀ, ਡਿਵੈਲਪਮੈਂਟ ਕਰ ਰਹੇ ਸੀ। ਉਹਨਾਂ ਦੀ ਗੱਲਾਂ 'ਚ ਆ ਕੇ ਆਪਾਂ ਆਪ ਹੀ ਬ੍ਰੇਕ ਲਾ ਤੀ ਪੰਜਾਬ ਦੀ ਤਰੱਕੀ 'ਚ। ਹੁਣ ਫੈਸਲਾ ਤੁਸੀਂ ਹੈ ਕਿ ਤੁਸੀਂ ਪੰਜਾਬ ਨੂੰ ਬਚਾਉਣਾ, ਪੰਜਾਬ ਦੀ ਤਰੱਕੀ ਕਰਾਉਣੀ ਹੈ, ਜਾਂ ਫਿਰ ਐਵੇਂ ਰੋਲ ਦੇਣਾ ਪੰਜਾਬ ਨੂੰ। ਪੰਜਾਬ ਆਪਣਾ ਘਰ ਹੈ,
ਜੇ ਪੰਜਾਬ ਦੇ ਵਿੱਚ ਤਰੱਕੀ ਹੈ ਤੇ ਆਪਣੀ ਤਰੱਕੀ ਹੈ, ਜੇ ਇੱਥੇ ਤਰੱਕੀ ਨਹੀਂ ਹੋਊਗੀ ਤੇ ਇੱਥੇ ਕਿਸੇ ਨੇ ਨਹੀਂ ਰਹਿਣਾ। ਆ ਨਾਲ ਦੇ ਸੂਬੇ ਪਿਛਲੇ 10 ਸਾਲ ਕਿਤੇ ਨਾ ਕਿਤੇ ਚਲੇ ਗਏ, ਆਪਣਾ ਸੂਬਾ ਥੱਲੇ ਡਿੱਗ ਪਿਆ। ਆ 3 ਸਾਲ ਤੁਸੀਂ ਦੇਖਿਆ ਝਾੜੂ ਵਾਲਿਆਂ ਦੇ, ਤੁਸੀਂ ਉਮੀਦਵਾਰ ਤਾਂ ਦੇਖਿਆ ਨਹੀਂ, ਇਕੱਲਾ ਝਾੜੂ ਦੇਖ ਕੇ ਵੋਟ ਪਾਤੀ। ਅੱਜ ਕੋਈ ਸਰਕਾਰ ਨਾਂ ਦੀ ਚੀਜ਼ ਹੈ? ਮੁੱਖ ਮੰਤਰੀ ਕਹਿਣ ਦੇ ਲਾਇਕ ਹੈ, ਨਸ਼ਾ ਘਰ ਘਰ ਪਹੁੰਚਾਤਾ। ਮੈਂ ਪੁਲਿਸ ਅਫਸਰਾਂ ਨੂੰ ਪੁੱਛਿਆ ਕਿ ਇੰਨਾ ਨਸ਼ਾ ਕਿਵੇਂ ਘਰ ਘਰ ਚਲਾ ਗਿਆ, ਕਹਿੰਦੇ ਆਮ ਆਦਮੀ ਪਾਰਟੀ ਦੇ MLA ਦੇ ਲੀਡਰ ਸਾਨੂੰ ਫੜ ਨਹੀਂ ਦਿੰਦੇ ਨਸ਼ੇ ਵੇਚਣ, ਕਹਿੰਦੇ ਇਹਨਾਂ ਨੂੰ ਹੱਥ ਲਾਓ ਕਿਉਂਕਿ ਉਹ ਮਹੀਨਾ ਬੰਨੀ ਬੈਠੇ ਆ। ਗੁੰਡਾਗਰਦੀ ਦਾ ਰਾਜ ਹੈ, ਗੈਂਗਸਟਰ ਰਾਜ ਕਰੀ ਜਾਂਦੀਆਂ, ਫਰੌਤੀਆਂ ਆਈ ਜਾਂਦੀਆਂ, ਵਪਾਰੀ ਛੱਡ ਕੇ UP ਚਲੇ ਗਏ ਹੈ, ਉੱਥੇ ਫੈਕਟਰੀਆਂ ਲਾਉਣ ਲੱਗ ਗਏ ਹੈ ਕਿਉਂਕਿ ਉੱਥੇ ਕਹਿੰਦੇ ਉੱਥੇ ਸ਼ਾਂਤੀ ਹੈ, ਇੱਥੇ ਤਾਂ ਲੁੱਟ ਖੋ ਹੈ। ਮੁੱਖ ਮੰਤਰੀ ਕਹਿਣ ਦੇ ਲਾਇਕ ਹੀ ਨਹੀਂ ਆ, ਨਾ ਮਿਲਦਾ ਸੀ ਉਦੋਂ ਕਹਿੰਦੇ ਸੀ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਹੈ, ਕਿਹੜਾ ਆਮ ਆਦਮੀ, ਖਾਸ ਆਦਮੀ ਬਣੇ ਫਿਰਦੇ ਆ। ਉਹਦੀ ਘਰਵਾਲੀ ਦੇਖੋ ਐ ਜਾਂਦੀ ਆ 40 ਗੱਡੀਆਂ ਨਾਲ, ਉਹਦੀ ਭੈਣ ਜੀ ਮਾਤਾ ਜੀ, ਕਿੱਥੇ ਆਮ ਆਦਮੀ ਪਾਰਟੀ। ਜੇ ਮੁੱਖ ਮੰਤਰੀ ਸੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਨ, ਜਿਹੜੇ ਥੋਡੇ ਵਿੱਚ ਰਹਿੰਦੇ ਸੀ, ਸੰਗਤ ਦਰਸ਼ਨ ਕਰਦੇ ਸੀ। ਮੈਨੂੰ ਲੱਗਦਾ ਪੰਜਾਬ ਦਾ ਕੋਈ ਘਰ ਨਹੀਂ ਹੋਣਾ, ਕੋਈ ਪਿੰਡ ਨਹੀਂ ਹੋਣਾ ਜਿੱਥੇ ਉਹ ਆਪ ਨਾ ਗਏ ਹੋਣ। ਲੀਡਰ ਇੱਕ ਰਾਜ 'ਚ ਨਹੀਂ ਬਣਦਾ, ਤੁਸੀਂ ਦੇਖ ਹੀ ਲਿਆ ਬਣਾ ਕੇ ਭਗਵੰਤ ਮਾਨ ਨੂੰ, ਇੱਕ ਰਾਜ 'ਚ ਲੀਡਰ ਬਣਦੇ ਹੈ ਜਿਹੜੇ ਅੱਗ ਅੱਗ ਵਿੱਚੋਂ ਨਿਕਲ। 70 ਸਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸੇਵਾ ਕੀਤੀ ਕੌਮ ਦੀ, 70 ਸਾਲ ਪਿੰਡ ਸਰਪੰਚ ਤੋਂ ਲੈ ਕੇ ਬਾਦਲ ਤੋਂ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਸਾਰੀਆਂ ਇਲੈਕਸ਼ਨ ਲੜੇ ਹੈ, ਉਹਨਾਂ ਨੂੰ ਹਰ ਤਕਲੀਫ ਤੁਹਾਡੀ ਪਤਾ ਹੈ। ਤਾਂਹੀਓ ਜਦੋਂ ਸਰਕਾਰ ਆਉਂਦੀ ਪਹਿਲੇ ਦਿਨ ਤੋਂ ਤੁਹਾਡੀ ਪੰਜਾਬ ਦੀ ਤਰੱਕੀ 'ਚ ਲੱਗ ਜਾਂਦੇ। ਆ ਜਿਹੜੇ ਆਉਂਦੇ ਆ ਤੇ ਇਕੱਲੇ ਰਾਜ ਕਰਨ ਵਾਸਤੇ ਆਉਂਦੇ ਜਿਵੇਂ ਅੰਗਰੇਜ਼ ਆਏ ਸੀ, ਇਹਨਾਂ ਨੂੰ ਕੋਈ ਫਿਕਰ ਪਰਵਾਹ ਨਹੀਂ ਹੈ। ਝਾੜੂ ਵਾਲੇ ਨੂੰ ਨਾ ਵੋਟਾਂ ਪਈਆਂ, ਇਹਨਾਂ ਨੇ ਆਪਣੀ ਦੁਕਾਨ ਬੰਦ ਕਰਕੇ ਕਿਸੇ ਹੋਰ ਸੂਬੇ ਚਲੇ ਜਾਣਗੇ। ਅਸੀਂ ਤਾਂ ਰਹਿਣਾ ਇੱਥੇ ਹੈ, ਤੁਹਾਡੇ ਵਿੱਚ ਹੀ ਰਹਿਣਾ। ਇਸ ਕਰਕੇ ਮੈਂ ਬੇਨਤੀ ਜਿਹੜੀ ਕਰਨਾ ਹੈ, ਪੰਜਾਬ ਨੂੰ ਬਚਾ ਲਓ, ਤੁਸੀਂ ਬਚਾ ਸਕਦੇ ਹੋ। ਜੋ ਐਕਟੀ ਤੁਸੀਂ ਆਪਣੀ ਖੇਤਰੀ ਪਾਰਟੀ ਨੂੰ ਕਮਜ਼ੋਰ ਕਰ ਦਿੱਤਾ, ਹਲੇ ਤਾਂ ਤੁਹਾਨੂੰ ਬਾਰਡਰਾਂ 'ਤੇ ਇਹਨਾਂ ਨੇ, ਦਿੱਲੀ ਵਾਲੇ ਨੇ ਕੁੱਟਿਆ ਸੀ ਕਿਸਾਨਾਂ ਨੂੰ, ਫਿਰ ਤੁਹਾਡੇ ਪਿੰਡਾਂ 'ਚ ਆਉਣਗੇ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਕਿਹਾ ਕਿ ਜੇ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਕਿਸਾਨਾਂ ਦੀਆਂ 23 ਫਸਲਾਂ 'ਤੇ ਘੱਟੋ ਘੱਟ ਸਮਰਥਨ ਮੁੱਲ ਦਿੱਤਾ ਜਾਵੇਗਾ। ਉਹਨਾਂ ਕੇਂਦਰ ਅਤੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ 'ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਇਹ ਦੋਵੇਂ ਸਰਕਾਰਾਂ ਪੰਜਾਬ ਦੇ ਲੋਕ ਵਿਰੋਧੀ ਹਨ। ਬਾਜਵਾ ਹਲਕਾ ਫਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਦੇ ਹੱਕ ਵਿੱਚ ਪਿੰਡ ਕੋਠਾ ਗੁਰੂ ਵਿੱਚ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ ਹੇਠ ਕਰਵਾਈ ਗਈ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਕਾਂਗਰਸੀ ਆਗੂ ਨੇ ਕਿਹਾ ਕਿ ਇਸ ਸਮੇਂ ਕਾਂਗਰਸ ਪੰਜਾਬ ਦੀ ਇਕਲੌਤੀ ਅਜਿਹੀ ਪਾਰਟੀ ਹੈ ਜਿਸ ਕੋਲ ਸੂਬੇ ਦੀਆਂ ਸਾਰੀਆਂ 13 ਸੀਟਾਂ ਜਿੱਤਣ ਦੀ ਸਮਰੱਥਾ ਹੈ। ਉਹਨਾਂ ਕਿਹਾ ਕਿ ਫਸਲਾਂ 'ਤੇ MSP ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਕਿਸਾਨਾਂ 'ਤੇ ਕੇਂਦਰ ਸਰਕਾਰ ਵੱਲੋਂ ਅੱਤਿਆਚਾਰ ਕੀਤਾ ਜਾ ਰਿਹਾ ਹੈ ਅਤੇ ਅਜਿਹੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਸੰਵਿਧਾਨ ਬਦਲਿਆ ਜਾ ਸਕੇ। ਸਾਰਿਆਂ ਨੂੰ ਪਹਿਲੇ ਤਾਂ ਇਹ ਹੈ ਕਿ ਹਿੰਦੁਸਤਾਨ ਦੀ ਕਿਸਾਨੀ ਦਾ ਜੋ ਸੰਘਰਸ਼ ਚੱਲ ਰਿਹਾ ਪਿਛਲੇ ਤਕਰੀਬਨ 4 ਸਾਲ 'ਚ, ਜਿਹਦੇ ਵਿੱਚ ਜ਼ਿਆਦਾਤਰ ਕਿਸਾਨ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਦੇ, UP ਦੇ, ਵੈਸਟਰਨ UP ਦੇ, ਵੈਸੇ ਸਾਰੇ ਦੇਸ਼ ਦੇ ਹੀ ਨੇ, ਕਿਉਂਕਿ ਦਿੱਲੀ ਦੇ ਵਿੱਚ ਸੰਘਰਸ਼ ਹੈ ਅਤੇ ਇਹ ਜਿਹੜੇ ਸੂਬੇ
ਆਲੇ ਦੁਆਲੇ ਨੇ ਦਿੱਲੀ ਦੇ ਉਹਨਾਂ ਦੀ ਜ਼ਿਆਦਾ ਪ੍ਰੈਜੈਂਸ ਨਜ਼ਰ ਆਉਂਦੀ, ਬਟ ਸਾਰੇ ਹਿੰਦੁਸਤਾਨ ਦਾ ਕਿਸਾਨ ਭਾਵੇਂ ਤਾਮਿਲਨਾਡੂ ਦਾ, ਕਰਨਾਟਕਾ ਦਾ, ਤੇਲੰਗਾਨਾ ਦਾ, ਉਹ ਸਾਰਿਆਂ ਦੇ ਇਸ਼ੂ ਸੀ। 23 ਫਸਲਾਂ ਨੇ ਜਿਹੜੀਆਂ ਸਾਰੇ ਹਿੰਦੁਸਤਾਨ ਦੇ ਵਿੱਚ ਵੱਖ ਵੱਖ ਸੂਬਿਆਂ ਵਿੱਚ ਬੀਜੀਆਂ ਜਾਂਦੀਆਂ, ਜਿਹੜੀ ਮੇਨ ਕ੍ਰੋਪ ਨੇ ਉੱਥੇ, ਜਿਸ ਤਰ੍ਹਾਂ ਪੰਜਾਬ ਦੇ ਕੋਈ 4 ਜਾਂ 5 ਨੇ, ਝੋਨਾ ਆਪਣਾ, ਕਣਕ ਏ, ਉਹਦੇ ਚ ਗੰਨਾ ਆ ਜਾਂਦਾ, ਉਹਦੇ ਵਿੱਚ ਕਪਾਹ ਆ ਜਾਂਦੀ, ਨਰਮਾ ਆ ਜਾਂਦਾ। ਸੋ ਇਸ ਤਰ੍ਹਾਂ ਹੀ ਦਾਲਾਂ ਨੇ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ। ਤੋ ਕਿਸਾਨਾਂ ਦਾ ਸੰਘਰਸ਼ ਮੋਦੀ ਸਾਹਿਬ ਦੇ ਨਾਲ ਜਿਹੜਾ ਚੱਲਦਾ ਹੈ, ਉਹ ਇਹ ਆਇਆ ਕਿ ਸਾਨੂੰ 6 ਮਹੀਨੇ ਪਹਿਲੇ ਸਾਨੂੰ ਰੇਟ ਦੱਸਿਆ ਜਾਏ ਫਸਲ ਦਾ ਰੇਟ ਜਿਹੜਾ ਹੋਏ ਉਹ ਨਿਰਧਾਰਿਤ ਕੀਤਾ ਜਾਏ ਡਾਕਟਰ MS ਸਵਾਮੀਨਾਥਨ ਦੇ ਫਾਰਮੂਲੇ ਮੁਤਾਬਕ। ਉਹਦੇ ਚ ਇਹ ਹੁੰਦਾ C2+50%। ਉਹਦੇ ਚ ਇਹ ਹੈ ਬੇਸਿਕਲੀ ਕਿ ਜ਼ਮੀਨ ਦਾ ਠੇਕਾ ਵੀ ਵਿੱਚ ਪਾਇਆ ਜਾਏ, ਜਿੰਨਾ ਫਸਲ ਦੇ ਉੱਤੇ ਖਰਚਾ ਹੁੰਦਾ, ਇਨਪੁਟਸ ਦਾ ਖਰਚਾ ਟੋਟਲ, ਭਾਵੇਂ ਲੇਬਰ ਦਾ, ਡੀਜ਼ਲ ਦਾ, ਟਰੈਕਟਰ ਦਾ, ਲੇਬਰ ਸਾਰਾ ਕੁਝ ਵਿੱਚ ਪਾ ਕੇ, ਤੇ 50% ਉਹਦਾ ਜਿਹੜਾ ਆਮਦਨ ਕ੍ਰੋਪ ਦੀ, ਜੇ ਇੱਕ ਕੁਇੰਟਲ ਪਿੱਛੇ 1,000 ਰੁਪਏ ਦਾ ਟੋਟਲ ਖਰਚਾ ਜ਼ਮੀਨ ਦਾ ਠੇਕਾ ਪਾ ਕੇ, ਤੇ ਘੱਟੋ ਘੱਟ 1500 ਰੁਪਏ ਰੇਟ ਹੋਣਾ ਚਾਹੀਦਾ ਫਸਲ। ਇਹ ਫਾਰਮੂਲਾ ਤੁਹਾਨੂੰ ਝਟਕਾ ਦੱਸ ਰਿਹਾ। ਤੋ ਇੰਨੇ ਚਿਰ ਦੇ ਸੰਘਰਸ਼ ਤੋਂ ਬਾਅਦ ਮੋਦੀ ਸਾਹਿਬ ਨੇ ਤੇ 10 ਮਿੰਟ ਦਾ ਵਕਤ ਵੀ ਨਹੀਂ ਕੱਢਿਆ, ਹਜ਼ਾਰਾਂ ਦੀ ਲੱਖਾਂ ਦੀ ਤਾਦਾਦ ਚ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਬੈਠੇ ਨੇ। 700 ਤੋਂ ਵੱਧ ਕਿਸਾਨ ਸਾਡਾ ਸ਼ਹੀਦ ਹੋਇਆ ਰੀਸੈਂਟਲੀ, ਤੁਸੀਂ ਵੇਖਿਆ 2 ਮਹੀਨੇ ਪਹਿਲੇ ਆਪ ਦੀ ਜਿਹੜੀ ਸਰਕਾਰ ਹੈ ਭਗਵੰਤ ਮਾਨ ਤੇ, ਮੇਰਾ ਡਾਇਰੈਕਟ ਚਾਰਜ ਹੈ ਕਿ ਭਗਵੰਤ ਸਿੱਧੇ ਤੌਰ BJP ਦਾ ਏਜੰਟ। ਤੁਸੀਂ ਹੈਰਾਨ ਹੋ ਗਏ ਐਤਕੀ ਜੋ ਕੇਜਰੀਵਾਲ ਜੇਲ੍ਹ ਤੋਂ ਬਾਹਰ ਨਿਕਲਿਆ ਤੇ ਉਹਨੇ ਜੇਲ੍ਹ ਦੇ ਵਿੱਚੋਂ ਬਾਹਰ ਨਿਕਲਣ ਦੀ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਹੈ ਭਗਵੰਤ ਮਾਨ ਨਾਲ ਬੈਠਾ। ਉਹਦੇ ਵਿੱਚ ਉਹਨੇ ਦਿੱਲੀ ਦੀ ਗੱਲ ਕੀਤੀ, ਜੋ ਪੰਜਾਬ ਦੀ ਕੀਤੀ, ਕਿਹਾ ਕਿ BJP ਦੀ ਸਟ੍ਰੈਟੇਜੀ ਹੈ ਕਿ ਕੁਝ ਸਾਡੇ MLA ਤੋੜੇ ਜਾਣ, ਨਾਲ ਭਗਵੰਤ ਨੂੰ ਨਾਲ ਲਿਆ ਜਾਏ, ਨਾਲ ਬੈਠੇ। ਜੇ ਉਹ ਚਾਹੋਗੇ ਤਾਂ ਮੈਂ ਤੁਹਾਨੂੰ ਕਲਿੱਪ ਹੁਣੇ ਦੇ ਸਕਦਾ ਜਿਹਦੇ ਵਿੱਚ ਕੇਜਰੀਵਾਲ ਭਗਵੰਤ ਦੀ ਹਾਜ਼ਰੀ ਚ ਕਹਿ ਰਿਹਾ ਕਿ BJP ਦੀ ਇਹ ਸਟ੍ਰੈਟੇਜੀ ਹੈ ਕਿ ਸਾਡੇ ਕੁਝ MLA ਖਰੀਦੇ ਜਾਣ, ਕੁਝ ਤੋੜੇ ਜਾਣ ਤੇ ਭਗਵੰਤ ਨੂੰ ਨਾਲ ਲਿਆ ਜਾਏ ਇਸ ਤੋੜ ਭਾਈਆਂ ਵਿੱਚ। ਸੋ ਇਹ ਮੈਂ ਤੁਹਾਨੂੰ ਜਿਹੜੀ ਗੱਲ ਕਹਿਣਾ ਚਾਹੁੰਦਾ, ਇਹ ਕਾਂਗਰਸ ਇੰਡੀਆ ਅਲਾਇੰਸ ਦੀ ਸਰਕਾਰ ਨਜ਼ਰ ਆ ਰਹੀ ਹੈ, ਬਾਕੀ ਮੈਜੋਰਿਟੀ ਆਉਂਦੀ ਕਾਂਗਰਸ ਦਾ ਪ੍ਰਾਈਮ ਮਿਨਿਸਟਰ ਹੋਏਗਾ। ਸਾਡਾ ਇਹ ਵਾਅਦਾ ਇਹਦੇ ਵਿੱਚ ਕਿ ਅਸੀਂ MSP ਡਾਕਟਰ ਸਵਾਮੀਨਾਥਨ ਦੇ ਫਾਰਮੂਲੇ ਮੁਤਾਬਕ 23 ਫਸਲਾਂ ਦੇ ਪਹਿਲਾ ਜਿਹੜਾ ਗਿਫਟ ਹੈ ਹਿੰਦੁਸਤਾਨ ਦੇ ਕਿਸਾਨਾਂ ਨੂੰ ਦੇਵਾਂਗੇ। ਸੋ 1 ਨੰਬਰ ਵਾਲੇ, 2 ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਦੇ ਪ੍ਰਬੰਧ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਸਮੇਂ 1964 ਨੂੰ ਵਾਪਰੇ ਸਾਕੇ ਵਿੱਚ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੀਵਾਨ ਹੋਲ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਬਾਬਾ ਨਿਹਾਲ ਸਿੰਘ ਹਰੀਆ ਵੇਲਾਂ ਵਾਲੇ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨੇ ਕਿਹਾ ਕਿ ਗੁਰੂ ਘਰਾਂ ਅੰਦਰ ਪੰਥਕ ਮਰਿਆਦਾ ਬਹਾਲ ਰੱਖਣ ਲਈ ਕੌਮ ਨੇ ਹਮੇਸ਼ਾ ਹੀ ਕੁਰਬਾਨੀਆਂ ਦਿੱਤੀਆਂ ਹਨ ਅਤੇ ਸ੍ਰੀ ਪੌਂਟਾ ਸਾਹਿਬ ਦਾ ਪ੍ਰਬੰਧ ਲੈਣ ਲਈ ਇਹ ਸੇਵਾ ਗੁਰੂ ਸਾਹਿਬ ਵੱਲੋਂ ਮਿਸਲ ਸ਼ਹੀਦਾਂ ਤਰਨਾ ਦਲ ਦੇ ਸਿੰਘਾਂ ਨੂੰ ਪ੍ਰਾਪਤ ਹੋਈ। ਉਹਨਾਂ ਕਿਹਾ ਕਿ ਨਿਹੰਗ ਸਿੰਘ ਜਥੇਬੰਦੀ ਹਮੇਸ਼ਾ ਪੰਥਕ ਕਾਰਜਾਂ ਲਈ ਵੱਧ ਚੜ੍ਹ ਕੇ ਹਿੱਸਾ ਪਾਉਂਦੀ ਰਹੇਗੀ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ ਨੇ ਵੀ ਸੰਬੋਧਨ ਕੀਤਾ ਅਤੇ ਕਥਾ ਵਿਚਾਰਾਂ ਕਰਦਿਆਂ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਨੇ ਸਾਕੇ ਦੇ ਇਤਿਹਾਸ ਨੂੰ ਸੰਗਤ ਨਾਲ ਸਾਂਝਾ ਕੀਤਾ। ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੂੰ ਸਿਰੋਂ ਪਾਉ ਦੇ ਕੇ ਸਨਮਾਨ ਦਿੱਤਾ। ਇਹ 9 ਸਾਲ ਦੇ ਸਮੇਂ ਦੇ ਵਿੱਚ ਜਿਸ ਵੇਲੇ ਸਤਿਗੁਰਾਂ ਨੇ
ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸੰਪੂਰਨਤਾ ਦਮਦਮਾ ਸਾਹਿਬ ਦੀ ਧਰਤੀ 'ਤੇ ਕੀਤੀ। ਉਸ ਵੇਲੇ ਦੇ ਦੋ ਮਹਾਨ ਲਿਖਾਰੀ ਅਮਰ ਸ਼ਹੀਦ, ਜਿਨ੍ਹਾਂ ਨੂੰ ਬਹੁਤ ਵੱਡਾ ਸਤਿਗੁਰੂ ਜੀ ਨੇ ਮਾਣ ਦਿੱਤਾ, ਜਿਹੜੇ ਸਤਿਗੁਰੂ ਜੀ ਦੇ ਪ੍ਰਾਣਾਂ ਤੋਂ ਵੀ ਜ਼ਿਆਦਾ ਪਿਆਰੇ ਸਨ, ਅਮਰ ਸ਼ਹੀਦ ਭਾਈ ਮਨੀ ਸਿੰਘ ਜੀ, ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ, ਉਹਨਾਂ ਦੋਹਾਂ ਸਰੀਰਾਂ ਨੂੰ ਸਤਿਗੁਰੂ ਜੀ ਨੇ ਆਦੇਸ਼ ਕੀਤਾ ਕਿ ਤੁਸੀਂ ਇਹ ਜਿਹੜਾ ਸੋਮਾ ਪਵਿੱਤਰ ਗੁਰਬਾਣੀ ਦਾ ਕਥਾ ਕੀਰਤਨ ਦੇ ਰੂਪ ਦੇ ਵਿੱਚ ਅਤੇ ਗੁਰੂ ਘਰਾਂ ਦੀ ਮਰਿਆਦਾ ਜਿਹੜੀ ਆ ਉਹਦੇ 'ਤੇ ਤੁਸੀਂ ਪਹਿਰਾ ਦੇਣਾ ਅਤੇ ਯਾਦ ਕਰੋ ਸਤਿਗੁਰੂ ਜੀ ਨੇ 1708 ਦੇ ਵਿੱਚ ਗੁਰਤਾ ਗੱਦੀ ਬਖਸ਼ਿਸ਼ ਕੀਤੀ ਅਤੇ ਪੰਥ ਖਾਲਸੇ ਨੂੰ ਆਦੇਸ਼ ਕੀਤਾ ਕਿ ਜਾਗਤ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੁਹਾਡੀ 11ਵੀਂ ਜੋਤ ਅਗਵਾਈ ਕਰਨਗੇ। ਇਹਦੀ ਇੱਕ ਮਰਿਆਦਾ ਵੀ ਖਾਲਸਾ ਪੰਥ ਨੇ ਘੜੀ, ਜਿਨ੍ਹਾਂ ਵਿੱਚ ਸਰਮੌਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਤੇ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਸੀ। ਕਿਉਂਕਿ ਜਿਹੜੇ ਸਤਿਗੁਰੂ ਜੀ ਪ੍ਰਕਾਸ਼ਮਾਨ ਹੁੰਦੇ ਆ, ਜਿਸ ਵੇਲੇ ਖੰਡੇ ਵਾਲੇ ਨਿਸ਼ਾਨ ਸਾਹਿਬ ਝੁਲਦੇ ਆ, ਇਹ ਦੁਨੀਆਂ ਨੂੰ ਪਤਾ ਲੱਗਦਾ ਕਿ ਇਹ ਸਰਬ ਸਾਂਝਾ ਸਥਾਨ ਆ, ਇੱਥੇ ਕੋਈ ਵੀ ਗਵੀ ਗਿਆਨ ਗੁਰਬਾ ਅਤੇ ਕੋਈ ਵੀ ਦੁਖਿਆਰਾ ਜਿਹੜਾ ਇੱਥੇ ਆ ਸਕਦਾ, ਪਰ ਇਹਦੀ ਮਰਿਆਦਾ ਆਪਣੀ ਆ। ਇੱਥੇ ਕੋਈ ਕਿਸੇ ਨੂੰ ਬੈਨ ਨਹੀਂ, ਜਿਹੜੇ ਮਰਜ਼ੀ ਧਰਮ ਅਤੇ ਫਿਰਕੇ ਦਾ ਉਹ ਇੱਥੇ ਆ ਕੇ ਗੁਰੂ ਚਰਨਾਂ ਦੇ ਵਿੱਚ ਨਮਸਕਾਰ ਕਰ ਸਕਦਾ, ਕੀਰਤਨ ਕਥਾ ਸੁਣ ਸਕਦਾ, ਇੱਥੇ ਪੰਗਤ ਅਤੇ ਸੰਗਤ ਦੀ ਸਾਂਝ ਕਰ ਸਕਦਾ, ਇੱਥੇ ਪਵਿੱਤਰ ਸਰੋਵਰਾਂ ਦੇ ਵਿੱਚ ਇਸ਼ਨਾਨ ਕਰ ਸਕਦਾ। ਪਰ ਇਹ ਜਿਸਲੇ ਮਰਿਆਦਾ ਦਾ ਕੋਈ ਉਲੰਘਣ ਕਰਦਾ, ਉਸ ਵੇਲੇ ਖਾਲਸਾ ਪੰਥ ਫਿਰ ਤਤਪਰ ਵੀ ਹੋ ਜਾਂਦਾ। ਅਤੇ ਸਮਾਂ ਚੇਤੇ ਕਰੋ, ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਐਸੇ ਸਥਾਨ 'ਤੇ ਆ ਕੇ ਉਹ ਕੌਤੁਕ ਕੀਤੇ ਜਿਹੜੇ ਕਦੇ ਅੱਜ ਤੱਕ ਦੁਨੀਆਂ ਵਿੱਚ ਨਾ ਹੋਏ ਅਤੇ ਨਾ ਹੋਣੇ ਆ। ਸੀਸ ਨੂੰ ਆਪਣੇ ਹੱਥ 'ਤੇ ਰੱਖ ਕੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਆ ਕੇ ਆਪਣੀ ਸ਼ਹੀਦੀ ਪਾਈ। ਭਾਈ ਮਨੀ ਸਿੰਘ ਜੀ ਨੇ ਵੀ ਬੰਦ ਬੰਦ ਕਟਵਾ ਲਿਆ। ਇਹ ਆ ਅਨੋਖੇ ਸ਼ਹੀਦ ਜਿਨ੍ਹਾਂ ਦੇ ਹਿੱਸੇ ਸਤਿਗੁਰੂ ਜੀ ਦੀ ਮੁਖਾਰਬਿੰਦ ਦੀ ਰਸਨਾ ਅਤੇ ਇਹਨਾਂ ਦੀ ਕਲਮ, ਇੱਕ ਜਿੱਡਾ ਬਲ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਸੀ ਆਪਣਾ ਅਧਿਆਤਮਿਕਤਾ ਦਾ ਮਾਰਗ, ਇਹਨਾਂ ਦੋਹਾਂ ਪਵਿੱਤਰ ਰੂਹਾਂ ਦੇ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਸੀ।